ਸਭ ਨੂੰ ਪਤਾ ਹੈ ਕਿ ਸ਼੍ਰੀ ਦੁਰਗਿਆਨਾ ਤੀਰਥ ਕਮੇਟੀ ਦੇ ਚੁਣਾਵ 24 ਤਰੀਕ ਨੂੰ ਹੋ ਰਹੇ ਹੈ ਔਰ ਤੁਸੀਂ ਵੀ ਸੋਚੋਗੇ, ਤੁਸੀਂ ਸਾਰੇ ਨਵੀਂ ਪੀੜ੍ਹੀ ਦੇ ਬੱਚੇ ਹੋ, ਤੁਹਾਨੂੰ ਇਹਦਾ ਇਤਿਹਾਸ ਨਹੀਂ ਪਤਾ, ਐਤਕੀ ਪਹਿਲੀ ਵਾਰ ਹੈ ਕਿ ਸਾਰੇ ਸ਼ਹਿਰ ਦੇ ਵਿੱਚ ਜੇ 1200 ਵੋਟਰ ਹੈ ਤਾਂ 1200 ਮੁਹੱਲਿਆਂ 'ਚ ਚਰਚਾ ਹੈ ਕਿ ਦੁਰਗਿਆਨਾ ਕਮੇਟੀ ਦਾ ਚੁਣਾਵ ਹੋ ਰਿਹਾ। ਪਹਿਲੀ ਵਾਰ ਗੁਪਤ ਮਤਦਾਨ ਪ੍ਰਣਾਲੀ ਨਾਲ ਚੁਣਾਵ ਹੋਏਗਾ। ਹਮੇਸ਼ਾ ਐਸਾ ਹੀ ਹੁੰਦਾ ਸੀ ਕਿ ਅੰਦਰ ਜਾ ਕੇ ਕੁਛ ਲੋਕਾਂ ਨੇ 10-20-30 ਲੋਕ ਬੈਠੇ, ਹੱਥ ਖੜੇ ਕਰਾਏ, ਵਾਹ ਜੀ ਜੈ ਸ਼੍ਰੀ ਰਾਮ ਜੀ, ਕੌਣ ਪ੍ਰਧਾਨ ਜੀ, ਇਹ ਹੋ ਜਾਂਦਾ ਸੀ। ਸਾਡੇ ਸਾਥੀਆਂ ਨੇ ਬੜੀ ਮਿਹਨਤ ਕਰਕੇ 6 ਮਹੀਨੇ ਲਗਾ ਕੇ 500 ਤੋਂ ਜ਼ਿਆਦਾ ਮਤਦਾਤਾਵਾਂ ਮੈਂਬਰਾਂ ਦੇ ਘਰ ਜਾ ਕੇ ਦਸਖਤ ਕਰਾਏ ਕਿ ਚੁਣਾਵ ਅਗਰ ਬੈਲਟ ਨਾਲ ਹੋਏਗਾ ਤਾਂ ਹੀ ਸਹੀ ਚੁਣਾਵ ਹੋ ਸਕਦਾ ਹੈ, ਨਹੀਂ ਤਾਂ ਕੁਛ ਲੋਕ ਇੱਕ ਦੂਜੇ ਦੇ ਮੂੰਹ ਦਾ ਲਿਹਾਜ਼, ਕੋਈ ਡਰ, ਕੋਈ ਪ੍ਰਭਾਵ, ਕੋਈ ਦੁਸ਼ਪ੍ਰਭਾਵ, ਇਹਦੇ ਵਿੱਚ ਵੋਟ ਪਾਉਣ ਦੀ ਜ਼ਰੂਰਤ ਨਹੀਂ ਸੀ ਕਰਦੇ। ਅਤੇ ਸਾਡੇ ਇਹ ਜਿਹੜੇ ਚੁਣਾਵ ਹੈ ਇਹ ਬਦਲਾਵ ਵਾਸਤੇ ਹੋ ਰਹੇ ਆ। ਬਦਲਾਵ ਇਹ ਚਾਹੀਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਪਹਿਲੇ ਕੰਮ ਕੀਤਾ, ਜਿਹਦੇ 'ਚ ਆਪਣੇ ਅਰੁਣ ਜੀ ਵੀ ਜਨਰਲ ਸੈਕਟਰੀ ਹੈ, ਉਹਨਾਂ ਨੇ ਖੂਬ ਕਰ ਲਿਆ, ਹੁਣ ਉੱਥੇ ਬਦਲ ਚਾਹੀਦੀ ਹੈ। ਮੈਂ ਅੱਜ ਇਸ ਪਵਿੱਤਰ ਹਾਲ 'ਚ ਬੈਠ ਕੇ ਕਿਸੇ 'ਤੇ ਕੋਈ ਦੋਸ਼ ਆਰੋਪਣ ਨਹੀਂ ਕਰਨਾ, ਕੋਈ ਆਰੋਪ ਨਹੀਂ ਲਗਾਉਣਾ, ਲੇਕਿਨ ਮੰਦਰ ਦੇ ਅੰਦਰ ਐਸਾ ਬਹੁਤ ਕੁਛ ਹੈ ਜਿਹਨੂੰ ਸੁਧਾਰ ਕਰਨ ਦੀ ਲੋੜ ਹੈ, ਬਦਲਾਵ ਕਰਨ ਦੀ ਲੋੜ ਹੈ, ਵਿਕਾਸ ਕਰਨ ਦੀ ਲੋੜ ਹੈ। ਉਦਾਹਰਣ ਲਈ ਸਾਡਾ ਸੰਸਕ੍ਰਿਤ ਕਾਲਜ ਹੈ, ਕੋਈ ਵੀ ਦੇਸ਼ ਵਿਦੇਸ਼ ਤੋਂ VIP ਆਉਂਦੇ ਆ, ਉਹਨਾਂ ਨੂੰ ਕਿਹਾ ਜਾਂਦਾ ਜੀ ਸੰਸਕ੍ਰਿਤ ਕਾਲਜ ਹੈ, ਕਦੀ ਕਿਸੇ ਨੇ ਦਿਖਾਇਆ ਨਹੀਂ ਕਿ ਸੰਸਕ੍ਰਿਤ ਕਾਲਜ ਦੇ ਵਿੱਚ ਕੀ ਹੈਗਾ ਵੈ। ਸਾਡਾ ਆਯੁਰਵੇਦ ਦਾ ਕਾਲਜ ਹੈ, ਕੈਪੀਟੇਸ਼ਨ ਫੀਸ ਲੈ ਕੇ ਉਹ ਕਿੰਨਾ ਬਦਨਾਮ ਹੋਇਆ ਹੈ, ਔਰ ਬੱਚਿਆਂ ਲਈ ਕੋਈ ਹੋਸਪਿਟਲ ਨਹੀਂ ਹੈ, ਕੋਈ ਡਾਕਟਰ ਬਣ ਹੀ ਨਹੀਂ ਸਕਦਾ ਜਦ ਤੱਕ ਉਹਨੂੰ ਹੋਸਪਿਟਲ ਪ੍ਰੈਕਟੀਕਲ ਕੰਮ ਲਈ ਨਹੀਂ ਮਿਲੇਗਾ। ਆਪਣਾ ਪਹਿਲਾ ਜਿਹੜਾ ਸਾਡਾ ਮਿਸ਼ਨ ਹੈ ਕਿ ਸੰਸਕ੍ਰਿਤ ਕਾਲਜ ਦਾ ਵਿਕਾਸ, ਉਹਨੂੰ ਪੋਸਟ ਗ੍ਰੈਜੂਏਟ ਕਾਲਜ ਬਣਾਉਣਾ, MA ਸੰਸਕ੍ਰਿਤ ਤੱਕ ਉੱਥੇ ਹੋਵੇ, ਸ਼ਾਸਤਰੀ ਤੱਕ ਤਾਂ ਹੈ ਜੈਸਾ ਕੈਸਾ ਪ੍ਰਬੰਧ, ਔਰ ਸਭ ਤੋਂ ਇੰਪੋਰਟੈਂਟ ਗੱਲ ਸਾਡੇ ਜਿੰਨੇ ਬੱਚੇ ਅੰਮ੍ਰਿਤਸਰ ਦੇ ਸੰਸਕ੍ਰਿਤ ਦੇ ਵਿੱਚ ਉੱਚ ਸਿੱਖਿਆ ਪਾਉਣਗੇ, ਸਕੂਲਾਂ 'ਚ ਤਾਂ ਪੰਜਾਬ ਸਰਕਾਰ ਨੇ ਸੰਸਕ੍ਰਿਤ ਹੀ ਖਤਮ ਕਰਤੀ ਹੈ, ਜੇ ਸਕੂਲ 'ਚ ਨਹੀਂ ਹੈਗੀ ਤਾਂ ਕਾਲਜ ਦੇ ਵਿੱਚ ਬੱਚੇ ਕਿੱਥੋਂ ਜਾਣਗੇ। ਜਿਹੜੇ ਬੱਚੇ ਉੱਚ ਸਿੱਖਿਆ ਸੰਸਕ੍ਰਿਤ ਦੀ ਪਾਉਣਗੇ ਉਹਨਾਂ ਨੂੰ ਦੁਰਗਿਆਨਾ ਮੰਦਰ ਵੱਲੋਂ ਛਾਤਰਵ੍ਰਿੱਤੀ ਦਿੱਤੀ ਜਾਏਗੀ, ਇਹ ਸਾਡਾ ਪ੍ਰੋਮਿਸ ਹੈ, ਇਹ ਚੁਣਾਵੀ ਗੱਲ ਨਹੀਂ ਹੈ। ਤੁਸੀਂ ਸਾਰੇ ਅਗਰ ਕੱਲ੍ਹ ਨੂੰ ਅਸੀਂ ਨਹੀਂ ਦੇ ਪਾਉਂਦੇ, ਆਫਕੋਰਸ 2-4 ਮਹੀਨੇ ਸੰਸਥਾ ਨੂੰ ਸੰਭਾਲਦਿਆਂ ਕਰਦਿਆਂ ਅਰਥ ਦਾ ਪ੍ਰਬੰਧ ਕਰਦਿਆਂ ਲਗੇਂਗੇ, ਜਿਹੜਾ ਅਗਲਾ ਸੈਸ਼ਨ ਆ ਜਾਣਾ ਹੈ, ਅਗਲੇ ਸੈਸ਼ਨ ਤੋਂ ਸੰਸਕ੍ਰਿਤ ਪੜ੍ਹਨ ਵਾਲੇ ਹਰ ਵਿਦਿਆਰਥੀ ਨੂੰ ਅਸੀਂ ਦੁਰਗਿਆਨਾ ਕਮੇਟੀ ਛਾਤਰਵ੍ਰਿੱਤੀ ਦੇਵੇਗੀ। ਔਰ ਆਯੁਰਵੇਦਿਕ ਕਾਲਜ ਦਾ ਜਿਹੜਾ ਹਸਪਤਾਲ ਠੀਕ ਨਹੀਂ ਹੈ, ਕੋਈ ਵਿਵਸਥਾ ਨਹੀਂ ਹੈ, ਉਹ ਹਸਪਤਾਲ 1 ਸਾਲ ਦੇ ਅੰਦਰ ਅੰਦਰ ਹਸਪਤਾਲ ਬਣ ਜਾਏਗਾ, ਜ਼ਿਆਦਾ ਦੇਰ ਨਹੀਂ ਹੈ, 1 ਸਾਲ 2023 ਦੇ ਵਿੱਚ ਆਯੁਰਵੇਦ ਦਾ ਹਸਪਤਾਲ ਬਹੁਤ ਅੱਛਾ ਚੱਲੇਗਾ। ਕੁਛ ਕੰਮ ਕੀਤੇ ਇਹਨਾਂ ਨੇ, ਅਲਟਰਾਸਾਊਂਡ ਲਗਵਾਇਆ, ਐਕਸਰੇ ਪ੍ਰਬੰਧ ਕੀਤੇ ਹੈ, ਲੇਕਿਨ ਪੂਰਾ ਹਸਪਤਾਲ ਨਹੀਂ ਬਣ ਸਕਿਆ। ਤੀਸਰੀ ਗੱਲ, ਅਸੀਂ ਹੈਰਾਨ ਹਾਂ ਕਿ ਗੂਗਲ ਵਿੱਚ ਤੁਸੀਂ ਸਰਚ ਕਰੋ ਕਿ ਅੰਮ੍ਰਿਤਸਰ ਦੇ 10 ਦਰਸ਼ਨੀ ਸਥਾਨ ਕੌਣ ਹੈ, ਅਤੇ ਉਹਦੇ ਵਿੱਚ ਪਹਿਲੇ 10 'ਚ ਅੰਮ੍ਰਿਤਸਰ ਦਾ ਨਾਂ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਭਾਸ਼ਣਾਂ 'ਚ ਅਸੀਂ ਕਹਿ ਦਿੰਦੇ ਹਾਂ ਜੀ ਵਿਸ਼ਵ ਪ੍ਰਸਿੱਧ ਤੀਰਥ, ਵਿਸ਼ਵ ਦੇ ਹਾਲੇ ਥੋੜ੍ਹੀ ਜਿਹੀ ਦੂਰ ਦੀ ਗੱਲ ਹੈ, ਅਸੀਂ ਭਾਰਤ ਦੇ ਪ੍ਰਮੁੱਖ ਤੀਰਥ ਸਥਾਨਾਂ ਵਿੱਚ ਅੰਮ੍ਰਿਤਸਰ ਦਾ ਸ਼੍ਰੀ ਦੁਰਗਿਆਨਾ ਮੰਦਰ ਜਿਹੜਾ ਹੈ ਉਹਨੂੰ ਲੈ ਜਾਵਾਂਗੇ। ਕੇਵਲ ਬਿਲਡਿੰਗਾਂ ਨਹੀਂ ਬਣਾਉਣੀਆਂ, ਬਿਲਡਿੰਗ ਸਰੀਰ ਹੈ, ਉਹਦੇ ਅੰਦਰ ਆਤਮਾ, ਇਹ ਭਗਤੀ ਅਤੇ ਸ਼ਕਤੀ ਦਾ, ਹਿੰਦੂਤਵ ਦਾ, ਸਨਾਤਨ ਦਾ ਕੇਂਦਰ ਬਣੇਗਾ। ਇਹ ਨਹੀਂ ਹੋ ਸਕਦਾ ਇੱਥੇ ਕਿ ਇਨਸਾਨ ਨੂੰ ਇਨਸਾਨ ਨਾ ਸਮਝਿਆ ਜਾਏ। ਮੈਂ ਤੁਹਾਨੂੰ ਸਾਰਿਆਂ ਅੱਗੇ ਅਪੀਲ ਕਰਦੀ ਹਾਂ, ਜਿੱਥੇ ਗੀਤ ਗਾਉਂਦੇ ਆ ਨਾ ਵੈਸ਼ਨਵ ਜਨ ਤੋਂ ਤੇਨੇ ਕਹੀਏ ਜੋ ਪੀਰ ਪਰਾਈ ਜਾਂਦੇ ਦੇ, ਮੈਂ ਕਈ ਵਾਰੀ ਬੜੇ ਦੁੱਖ ਨਾਲ ਕਹਿੰਦੀ ਹਾਂ ਕਿ ਵੈਸ਼ਨਵ ਦੇ ਨਾਂ 'ਤੇ ਨਿਰੇ ਵੈਸ਼ਨਵ ਢਾਬੇ ਰਹਿ ਗਏ ਹਾਈਵੇ 'ਤੇ। ਜੇ ਸਾਡੇ ਕਰਮਚਾਰੀ ਖੁਸ਼ ਨਹੀਂ, ਜੇ ਸਾਡੇ ਕਰਮਚਾਰੀ ਦੇ ਬੱਚੇ ਨੂੰ ਪੜ੍ਹਾਈ ਅਤੇ ਦਵਾਈ ਨਹੀਂ, ਜੇ ਸਾਡੇ ਕਰਮਚਾਰੀ ਨੂੰ ਪੇਟ ਭਰਨ ਜਗ੍ਹਾ ਕੁਛ ਨਹੀਂ, ਤਾਂ ਫਿਰ ਸਾਡੀ ਠਾਕੁਰ ਪੂਜਾ ਦਾ ਕਿੰਨਾ ਕੁ ਮਹੱਤਵ ਰਹਿ ਜਾਂਦਾ। ਮੈਂ ਆਪਣੇ ਸਾਰੇ ਸਾਥੀਆਂ ਸਮੇਤ ਤੁਹਾਨੂੰ ਵਿਸ਼ਵਾਸ ਦਵਾ ਰਹੀ ਹਾਂ ਕਿ ਥੋੜ੍ਹਾ ਥੋੜ੍ਹਾ ਟਾਈਮ ਪਾ ਕੇ ਆਰਥਿਕ ਸਾਧਨਾਂ ਦਾ ਪ੍ਰਬੰਧ ਕਰਕੇ
ਅਸੀਂ ਆਪਣੇ ਸਾਰੇ ਕਰਮਚਾਰੀਆਂ ਦੇ ਬੱਚਿਆਂ ਦੀ ਸਿੱਖਿਆ ਦੀ ਜ਼ਿੰਮੇਵਾਰੀ ਲਵਾਂਗੇ। ਮੈਂ ਵਚਨ ਦੇ ਰਹੀ ਹਾਂ, ਚੁਣਾਵੀ ਇਹ ਕੋਈ ਮੈਨੀਫੈਸਟੋ ਨਹੀਂ ਹੈ, ਇਹ ਸਾਡਾ ਠਾਕੁਰ ਜੀ ਦੇ ਦਰਵਾਜ਼ੇ 'ਤੇ ਅਸੀਂ ਜੇ ਹੁਣ ਪੂਰਾ ਨਹੀਂ ਕਰਦੇ ਸਾਧਨ ਹੁੰਦਿਆਂ ਵੀ, ਤਾਂ ਸਾਡਾ ਲੋਕ ਤਾਂ ਵਿਗੜੇਗਾ ਹੀ, ਪਰਲੋਕ ਵੀ ਵਿਗੜੇਗਾ। ਇਹ ਤਿੰਨ ਚੀਜ਼ਾਂ ਦਾ ਪ੍ਰੋਮਿਸ ਸੰਸਕ੍ਰਿਤ ਦੇ ਵਿਦਿਆਰਥੀਆਂ ਨੂੰ ਛਾਤਰਵਿੱਤੀ ਕਾਲਜ ਅੱਛਾ ਬਣੇਗਾ, ਆਯੁਰਵੇਦ ਦਾ ਵਿਕਾਸ ਹੋਏਗਾ, ਔਰ ਤੀਸਰੀ ਗੱਲ ਸਾਡੇ ਕਰਮਚਾਰੀਆਂ ਦੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਹੋਏਗਾ। ਅੱਜ ਕੱਲ੍ਹ ਤਾਂ ਕੰਮ ਹੀ ਨਹੀਂ ਔਖਾ, ਆਯੁਸ਼ਮਾਨ ਕਾਰਡ ਸਭ ਦੇ ਬਿਮਾਰ ਹੋ ਜਿਹਦੇ ਨਹੀਂ ਬਣੇ, ESI ਨਾਲ ਜੋੜ ਦਿਓ ਅਤੇ ਸਿਹਤ ਦੀ ਤਾਂ ਕੋਈ ਸਮੱਸਿਆ ਹੀ ਨਹੀਂ ਰਹਿੰਦੀ। ਅਸੀਂ ਦਵਾਈ ਅਤੇ ਪੜ੍ਹਾਈ ਇਹਦਾ ਸਾਰੀ ਵਿਵਸਥਾ ਜਿਹੜੇ ਸਾਡੇ ਦੁਰਗਿਆਨਾ ਮੰਦਿਰ ਦੇ ਸੇਵਾਦਾਰ ਹੈ ਉਹਨਾਂ ਦਾ ਅਸੀਂ ਸਾਰੇ ਪ੍ਰਬੰਧ ਕਰਾਂਗੇ, ਔਰ ਜਿਹੜੇ ਬਾਹਰੋਂ ਲੋਕ ਆਉਂਦੇ ਹੈ ਉਹਨਾਂ ਦੇ ਰਹਿਣ ਵਾਸਤੇ ਅੱਛੀ ਧਰਮਸ਼ਾਲਾ ਬਣਨ, ਹੋਰ ਬਣਨ, ਜਿਹੜੀ ਹੈ ਉਹ ਸੁਚਾਰੂ ਚੱਲੇ। ਦੋ ਧਰਮਸ਼ਾਲਾ ਹੀ ਹੈ ਨਾ ਆਪਣੀ, ਦੋ ਧਰਮ ਇੱਕ ਹੋਰ ਤਿਆਰ ਹੋ ਰਹੀ ਹੈ, ਅਤੇ ਅਸੀਂ ਧਰਮਸ਼ਾਲਾ ਬਣਨ, ਲੰਗਰ ਦਾ ਵਿਸਤਾਰ ਹੋਵੇ, ਲੰਗਰ 'ਤੇ ਭੋਜਨ ਐਸਾ ਮਿਲੇ ਜਿਹਦਾ ਅਸੀਂ ਦਕਸ਼ਿਣ ਭਾਰਤ ਦੇ ਕੋਈ ਮੰਦਰਾਂ ਤੋਂ ਆ ਕੇ ਕਹਿੰਦੇ ਜੀ ਕਮਾਲ ਹੋ ਗਈ ਭੋਜਨ, ਅੱਜ ਵੀ ਯਾਦ ਆਉਂਦਾ ਹੈ ਸਾਡੇ ਇੱਥੋਂ ਦਾ ਭੋਜਨ ਕਰਕੇ ਵੀ ਠਾਕੁਰ ਜੀ ਦਾ ਪ੍ਰਸ਼ਾਦ, ਲਕਸ਼ਮੀ ਨਾਰਾਇਣ ਜੀ ਦਾ, ਲੋਕ ਉੱਦਾਂ ਹੀ ਆਨੰਦਿਤ ਜਾਣ ਜਿਸ ਤਰ੍ਹਾਂ ਅਸੀਂ ਦੇਸ਼ ਦੇ ਦੂਜੇ ਮੰਦਰਾਂ ਦੇ ਉੱਤੋਂ ਹੋ ਕੇ ਆਉਂਦੇ ਹਾਂ। ਔਰ ਦੇਵੀ ਤਲਾਬ ਮੰਦਰ ਜਲੰਧਰ ਮੈਂ ਇੱਕ ਚੀਜ਼ ਦੇਖੀ, ਅਪੀਲ ਕੀਤੀ ਹੈ ਸ਼ਹਿਰ ਦੇ ਕਰੋੜਪਤੀ ਸੇਠ ਵੀ ਸ਼ਾਮ ਨੂੰ ਖਾਣਾ ਵੰਡਣ ਵਾਸਤੇ ਜਾਂਦੇ ਆ, ਲੰਗਰ ਪੱਕਦਾ, ਉਹ ਆਪਣੇ ਹੱਥੀਂ ਥਾਲੀ ਖਵਾਉਂਦੇ ਆ। ਅੰਮ੍ਰਿਤਸਰ ਸ਼ਹਿਰ ਦੇ ਲੋਕ ਵੀ ਬਹੁਤ ਅੱਛੇ ਹੈ, ਦਾਨ ਦਿੰਦੇ, ਉਹ ਦਾਨ ਜਨਤਾ ਦੇ ਉੱਤੇ ਲੱਗਣਾ ਚਾਹੀਦਾ। ਪਿਛਲੇ ਦਿਨਾਂ ਤੱਕ ਬੜੀ ਚਰਚਾ ਆ ਰਹੀ ਹੈ ਕਿ ਮੰਦਰ ਕੇ ਪਾਸ 30 ਕਰੋੜ ਦੀ FD ਹੈ, ਔਰ ਕਿਸੇ ਨੇ ਤਾਂ ਇਹ ਵੀ ਕਹਿਤਾ ਕਿ ਚਾਵਲਾ ਨੂੰ FD ਚੰਗੀ ਲੱਗਦੀ ਪਈ ਹੈ, ਇਹ ਪਿੱਛੇ ਆ ਰਹੀ ਹੈ। ਮੇਰਾ ਸਵਾਲ ਇਹ ਹੈ ਕਿ 30 ਕਰੋੜ ਦੀ FD ਕਿਉਂ ਹੈ? ਲੋਕਾਂ ਨੇ ਸਮਝਦਾ ਦਾਨ ਦਿੱਤਾ ਹੈ, ਉਹ ਸੇਵਾ ਲਈ ਦਿੱਤਾ ਹੈ, ਵਿਕਾਸ ਲਈ ਦਿੱਤਾ ਹੈ, ਬਿਲਡਿੰਗ ਲਈ ਦਿੱਤਾ ਹੈ, ਕਾਲਜ ਲਈ ਦਿੱਤਾ ਹੈ, ਸਕੂਲ ਲਈ ਦਿੱਤਾ ਹੈ। ਉਹਨਾਂ ਨੇ ਇਹ ਨਹੀਂ ਕਿਹਾ ਕਿ 30 ਕਰੋੜ ਜਮ੍ਹਾਂ ਕਰੋ ਤਾਂ ਉਹਦੀ ਵਿਆਜ ਲਿਆਈ ਜਾਓ। ਅਸੀਂ ਜਨਤਾ ਦਾ ਧਨ ਜਨਤਾ ਵਾਸਤੇ ਦੁਆਰਾ ਸ਼੍ਰੀ ਦੁਰਗਿਆਨਾ ਤੀਰਥ ਸਮਿਤੀ ਇਹ ਅਸੀਂ ਕਰਾਂਗੇ, ਔਰ ਸਫਾਈ ਦਾ ਪ੍ਰਬੰਧ ਮੈਨੂੰ ਪਤਾ ਘੱਟ ਹੈ। ਹਨੂੰਮਾਨ ਜੀ ਦੇ ਮੰਦਰ ਪਿਛਲੇ ਪਾਸਿਓਂ ਆਓ, ਕੁਛ ਤਾਂ ਉਹ ਜ਼ਮੀਨ ਸਾਡੀ ਨਹੀਂ, ਆਰਮੀ ਦੀ ਜ਼ਮੀਨ ਹੈ, ਕੁਛ ਲੋਕਾਂ ਦੇ ਕਬਜ਼ੇ ਹੈ, ਲੇਕਿਨ ਦੁਰਗਿਆਨਾ ਮੰਦਰ ਦੇ ਅੰਦਰ ਜਿਹੜਾ ਵਾਤਾਵਰਨ ਹੈ ਸ਼ੁੱਧ ਹੋਵੇ, ਸਫਾਈ ਪੂਰੀ ਹੋਵੇ, ਔਰ ਮੇਰਾ ਇੱਕ ਪ੍ਰਯਾਸ ਹੋਏਗਾ, ਮੇਰਾ ਤਾਂ ਮਤਲਬ ਦੁਰਗਿਆਨਾ ਤੀਰਥ ਸਮਿਤੀ ਦਾ, ਕਿ ਜਿਹੜੇ ਮੰਦਰ ਦੇ ਮੁੱਖ ਮੰਦਰਾਂ ਦੇ ਦੁਆਰ ਬੰਦ ਵੀ ਹੋ ਜਾਂਦੇ ਹੈ ਅਤੇ ਜਿਹੜੇ ਯਾਤਰੀ ਆਉਂਦੇ ਆ ਉਹਨਾਂ ਵਾਸਤੇ ਦੁਆਰ ਬੰਦ ਨਾ ਹੋਣ, ਠਾਕੁਰ ਜੀ ਦੇ ਦਰਸ਼ਨ ਮੰਨ ਹੋਣਗੇ, ਉਹ ਸਾਡੀ ਵਿਵਸਥਾ ਹੈ, ਵੈਸ਼ਨਵ ਵਿਵਸਥਾ ਹੈ, ਲੇਕਿਨ ਉੱਥੇ ਉਹਨਾਂ ਦੇ ਬਹਿਣ ਦੀ ਜਗ੍ਹਾ, ਪਾਣੀ ਪੀਣ ਨੂੰ ਜਗ੍ਹਾ। ਔਰ ਮੈਨੂੰ ਉਦੋਂ ਅਨਿਲ ਜੀ ਦਾ ਇੱਕ ਸੁਝਾਅ ਬੜਾ ਅੱਛਾ ਲੱਗਾ ਕਿ ਜਿਸ ਤਰ੍ਹਾਂ ਭੋਗ ਭੰਡਾਰ ਹੈ ਉਹ ਤਾਂ ਸਾਡਾ ਭੋਜਨ ਭੰਡਾਰ ਕਿਉਂ ਨਾ ਹੋਵੇ। ਪਵਨ ਜੀ ਇੱਥੇ ਖੜ੍ਹੇ, ਸ਼ਾਇਦ ਰਾਕੇਸ਼ ਵੀ ਹੈਗੇ ਹੈ, ਅਸੀਂ ਹੁਣੇ ਕਨਕ ਭਵਨ ਅਯੋਧਿਆ ਜੀ ਹੋ ਕੇ ਆਏ ਹਾਂ, ਕਣਕ ਭਵਨ ਦਾ ਹੀ ਬਾਹਰ ਭੋਜਨ ਭੰਡਾਰ ਵੀ ਚੱਲਦਾ ਹੈ, ਜਿਹੜਾ ਸਸਤਾ ਭੋਜਨ ਯਾਤਰੀ ਨੂੰ ਮਿਲਦਾ ਹੈ। ਭੋਗ ਭੰਡਾਰ ਦਾ ਕੁਆਲਿਟੀ 'ਚ ਵੀ ਸੁਧਾਰ ਹੋਵੇ, ਵਿਸਤਾਰ ਹੋਵੇ, ਔਰ ਧੀਰੇ ਧੀਰੇ ਸਾਡਾ ਭੋਜਨ ਭੰਡਾਰ ਵੀ ਬਣੇ। ਜਿਹੜੇ ਯਾਤਰੀ ਲੰਗਰ ਤੋਂ ਖਾਂਦੇ ਆ ਲੰਗਰ ਪ੍ਰਸ਼ਾਦ ਲੈਣ, ਜਿਹੜੇ ਲੰਗਰ 'ਤੇ ਨਹੀਂ ਖਾ ਰਹੇ ਉਹ ਭੋਜਨ ਭੰਡਾਰ 'ਚ ਸਸਤੀ ਥਾਲੀ ਮਿਲੇ, ਨਾ ਲਾਭ ਨਾ ਹਾਨੀ, ਉਹ ਸੌਦੇਬਾਜ਼ੀ ਨਹੀਂ ਹੋਏਗੀ, ਜਿੰਨਾ ਖਰਚ ਹੁੰਦਾ ਉਹਦੇ ਸਿਰ 'ਤੇ ਯਾਤਰੀਆਂ ਨੂੰ ਭੋਜਨ ਮਿਲੇ।